बकवास नहीं सिंपल, वो सही बोल के गई है कि जिस तरह उन्हें इस घर को संभालिया ना उस तरह घर को संभालना हर किसी के वास की खेड नहीं। आप कित होर क्यों जाना, तू भी इस घर ना देशों वांग नहीं संभाल सकी। इहदा मतलब वो तुहानू मेरे नाल भी चंगी लगती है? वो गल नहीं है सिंपल, पर उन्हें ना घर संभालन का ते घरदियां नू खुश रखन दा ना बड़ा सलीका सी। उन्हूं होर करना भी की आंदा है, सारी उम्र यही तो किता है। जे माड़ा मोटा पढ़ी लिखी होंदी समझदार होंदी तो उन्हें घर डक के रहना सी। पर हुण भी तो अपना बिजनेस चलाउंदी पई है। आहो वो हुणे अपनी कमाई का रोह पा के गई है तुहाडे ते, तुहानूं लगदा कि वो बिजनेस करदी पई है। मैनू पता की लगदा, उन्हें अपने बिजनेस की कमाई भी तां शुरू की है। जिहड़ा तुहाडे तों लुकाया हुआ पैसा सी ना उन्हें अपने इस बिजनेस ते लगाया। तुसीं सोच के देखो, कोई भी बिजनेस बिना पैसे दे तां नहीं चल सकदा, वो भी इन्नी छेती। चल ठीक है जो उन्हें इदां भी किया, पर कम से कम पैसे तो बचाए ना उन्हें। तुहाडे कहिण दा इही मतलब है ना कि जे मैं बचत नहीं करदी उहदे विच भी मेरा ही कसूर है? जे उह घर दे विच आ कम्मां वालियां वांग घूमदी फिरदी ना हुंदी तां तुहाडा दिल उर तों उतरना नहीं सी। बेबी तू भी ना कित्थे दी गल कित्थे लैनी, वह तो कदे मेरे दिल से लगी नहीं। तो बाकी ये दिल से लगी होंगी तो मैं तेरे अगे पिछे थोड़ा ना घूमना सीगा। देख लो जे तुहाडा दिल करदा रहन दा कम्मां वालियां वांग रहन वाली घर वाली नाल। सिंपल तू फिर उस गल नूं फड़ के बह गई है। चलो मैं छड्डी गल, आ मंगल सूत्र ते मुंदरी फड़ो ते बचाओ अपनी नौकरी। कोई ना ਇੱਥੇ ਰੱਖ ਦੇ। ਰੱਖ ਦੇ ਉੱਥੇ? ਹੁਣੇ ਤਾਂ ਤੁਸੀਂ ਕਿਹਾ ਕਿ ਤੁਹਾਡੀ ਉਸ ਵੋਟੀ ਨਾਲ ਤੁਹਾਡਾ ਕੁਛ ਲੈਣਾ ਦੇਣਾ ਨਹੀਂ ਹੈ, ਤੇ ਹੁਣ ਉਹਦੀਆਂ ਨਿਸ਼ਾਨੀਆਂ ਸਾਂਭ ਕੇ ਕੀ ਕਰਨੀ ਹੈ? ਜੇ ਕਹਿੰਦੇ ਹੋ ਤਾਂ ਸ਼ੀਸ਼ੇ 'ਚ ਮੜਵਾ ਦਾ। ਸਿੰਪਲ ਮੈਂ ਕੀ ਕਰਨਾ ਇਹਨੂੰ ਮੜਾ ਕੇ? ਮੇਰੇ ਲਈ ਨਾ ਸਾਡੇ ਦੋਵਾਂ ਦਾ ਰਿਸ਼ਤਾ ਇਹਨਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਦੇਸ਼ੋ ਨਾਲ ਮੈਂ ਸਾਰੇ ਰਿਸ਼ਤੇ ਨਾ ਆਪਣੇ ਆਪ ਹੀ ਤੋੜੇ ਸੀ, ਤੇ ਇਸ ਰਿਸ਼ਤੇ ਦੀ ਨਿਸ਼ਾਨੀਆਂ ਨੂੰ ਵੀ ਮੈਂ ਆਪਣੇ ਹੱਥੀ ਵੇਚ ਕੇ ਆਊਂਗਾ। ਹਾਂਜੀ ਹਾਂਜੀ ਸੇਠ ਜੀ, ਮੈਂ ਬਸ ਹੁਣੇ ਤੁਹਾਡੇ ਕੋਲ ਆ ਗਿਆ। ਉਹ ਬਸ ਮੈਂ ਘਰੋਂ ਨਿਕਲ ਗਿਆ ਜੀ, ਮੈਂ ਕਿਹਾ ਹੁਣੇ ਹੁਣੇ ਵੇਚਣੀ ਹੈ। ਬਿੱਲ ਬਿੱਲ ਤਾਂ ਪਤਾ ਨਹੀਂ ਕਿਤੇ ਘਰੇ ਉਰੇ ਪਰੇ ਹੋ ਗਿਆ ਹੋਣਾ ਹੈ। ਮੈਂ ਕਿਹਾ ਜੀ ਸਮਾਨ ਤੁਹਾਡੀ ਦੁਕਾਨ ਦਾ ਹੀ ਬਣਿਆ ਹੋਇਆ, ਪੱਕੀ ਗੱਲ ਹੈ। ਬਸ ਬਸ ਉਹ ਥੋੜ੍ਹੇ ਪੈਸਿਆਂ ਦੀ ਲੋੜ ਸੀਗੀ ਜੀ। ਨਹੀਂ ਨਹੀਂ ਮੈਂ ਦੋ ਮਿੰਟ ਤੱਕ मैं बाद गल करता जी थोड़े ना। आ जाओ मैडम जी चलिए। शिवम चाह तो पी लेंदा, दुकान बंद होनी है हले। नहीं मैडम जी मैं फोन करके पूछ लिया, शोरूम खुल चुके ने, चाह आके पी लेंगे, पहले लैपटॉप ले आने हैं। चल ठीक है पहले लैपटॉप ही ले आंदे हैं, फिर मेरा पुत बेचारा उड़ीकदा होगा लैपटॉप नु। और किसी नु होवे ना होवे पर उहदी मां नु हजे भी उहदी परवाह है। ਦੇਸ਼ੋ ਆ ਤੇ ਗਲਤ ਗੱਲ ਨਾ, ਲੈਪਟਾਪ ਦਾ ਕੀ ਹੈ, ਉਹ ਤਾਂ ਦੋ ਦਿਨ ਖੜ ਕੇ ਵੀ ਆ ਸਕਦਾ ਸੀ ਨਾ। ਮੈਂ ਤਾਂ ਹੁਣ 2 ਘੰਟੇ ਵੀ ਨਹੀਂ ਰੁਕਦੀ, ਨਾਲੇ ਕੀ ਪਤਾ ਮੇਰੇ ਪੁੱਤ ਦੇ ਰੱਖੇ ਪੈਸੇ ਬਾਰਾ ਚੋਰੀ ਹੋ ਜਾਣ। ਅਰਮਾਨ ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਗੱਲ, ਕੋਈ ਖਾਸ ਗੱਲ ਕਰਨੀ ਸੀ? ਗੱਲ ਤਾਂ ਖਾਸ ਹੀ ਆ ਪਰ ਚੰਗੀ ਨਹੀਂ। ਪਰ ਹੋਇਆ ਕੀ ਹੈ? ਤੈਨੂੰ ਪਤਾ ਹੀ ਆ ਕੀ ਹੋ ਗਿਆ, ਕੰਪਨੀ ਨੇ ਆਪਣਾ ਫੈਸਲਾ ਕਰ ਲਿਆ। ਪਰ ਮੈਂ ਤਾਂ ਅੱਜ ਪੈਸੇ ਜਮ੍ਹਾਂ ਕਰਾ ਦੇਣੇ ਸੀ ਯਾਰ। ਪਰ ਕੰਪਨੀ ਨੇ ਕੱਲ੍ਹ ਦੇ ਦਿਨ ਦਾ ਵੇਟ ਕਰਕੇ ਫੈਸਲਾ ਕਰ ਲਿਆ ਏ, ਹੁਣ ਤੇਰੀ ਪੱਕੀ ਛੁੱਟੀ ਹੋ ਰਹੀ ਆ। ਯਾਰ ਤੂੰ ਘੱਟੋ ਘੱਟ ਗੱਲ ਤਾਂ ਕਰਨੀ ਸੀ। ਮੇਰੀ ਤਾਂ ਬਹਿਸਬਾਜ਼ੀ ਵੀ ਹੋ ਗਈ ਬੌਸ ਦੇ ਨਾਲ, ਉਹ ਕਹਿੰਦੇ ਕੰਪਨੀ ਦਾ ਨਿਯਮ ਆ, ਉਹ ਕਹਿੰਦੇ ਅਸੀਂ ਇੰਤਜ਼ਾਰ ਨਹੀਂ ਕਰ ਸਕਦੇ ਹੋਰ। ਮੈਂ ਤਾਂ ਬਥੇਰਾ ਕਿਹਾ ਸੀ ਕਿ ਅਰਮਾਨ ਨੇ ਪੈਸਿਆਂ ਦਾ ਪ੍ਰਬੰਧ ਵੀ ਕਰ ਲਿਆ ਏ, ਪਰ ਉਹਨਾਂ ਨੇ ਤਾਂ ਮੇਰੀ ਕੋਈ ਗੱਲ ਹੀ ਨਹੀਂ ਸੁਣੀ। ਕਹਿਣ ਦਾ ਮਤਲਬ ਹੁਣ ਕੁਛ ਨਹੀਂ ਹੋ ਸਕਦਾ? ਹੁਣ ਤਾਂ ਤੈਨੂੰ ਕੋਈ ਹੋਰ ਨੌਕਰੀ ਲੱਭਣੀ ਪੈਣੀ ਆ। ਯਾਰ ਤੈਨੂੰ ਪਤਾ ਤੇ ਹੈ, ਹੁਣ ਮੈਨੂੰ ਨਵੀਂ ਨੌਕਰੀ ਕਿੱਥੋਂ ਲੱਭੂਗੀ? ਮਿਲ ਸਕਦੀ ਆ, ਇਹ ਗੱਲ ਮੈਂ ਕੰਪਨੀ ਨਾਲ ਕਰਕੇ ਆਇਆ ਕਿ ਉਹ ਤੇਰੇ ਤੇ ਫਰੌਡ ਦਾ ਇਲਜ਼ਾਮ ਨਾ ਲਾਉਣ, ਹੁਣ ਤੈਨੂੰ ਕਲੀਨ ਚਿੱਟ ਮਿਲ ਜੂਗੀ। ਪਰ ਉਹ ਵੀ ਤਾਂ ਜੇ ਤੂੰ ਸਮੇਂ ਸਿਰ ਪੈਸੇ ਜਮ੍ਹਾਂ ਕਰਵਾ ਦੇਵੇਂ। ਹੋਇਆ ਪ੍ਰਬੰਧ ਪੈਸਿਆਂ ਦਾ ਕਿ ਨਹੀਂ? ਉਹ ਯਾਰ ਪੈਸਿਆਂ ਦੀ ਕੋਈ ਗੱਲ ਨਹੀਂ, ਪੈਸੇ ਤਾਂ ਮੈਂ ਜਮ੍ਹਾਂ ਕਰਾ ਹੀ ਦੇਣੇ ਆ। ਅਰਮਾਨ ਤੂੰ ਮੇਰੇ ਬਾਰੇ ਜਿੱਦਾਂ ਦਾ ਵੀ ਸੋਚਦਾ ਹੋਵੇਂ, ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਸੀ, ਬਸ ਗੱਲ ਨਹੀਂ ਬਣੀ ਯਾਰ।
ਤੈਨੂੰ ਨਾ ਬਿਨਾਂ ਕੋਈ ਫੋਕੀ ਹਮਦਰਦੀ ਤਾਂ ਦੀ ਲੋੜ ਨਹੀਂ ਹੈ। ਜਿੱਥੇ ਤੂੰ ਹੈਲਪ ਕਰ ਸਕਦਾ ਸੀ ਨਾ ਉੱਥੇ ਤਾਂ ਤੂੰ ਕੀਤੀ ਹੀ ਨਹੀਂ। ਪਰ ਚੱਲ ਕੋਈ ਗੱਲ ਨਹੀਂ, ਜੋ ਹੋਣਾ ਸੀ ਉਹ ਹੋ ਗਿਆ। ਹਰ ਇੱਕ ਵਾਰ ਕੰਪਨੀ ਨੂੰ ਕਹਿ ਦੀ ਜਿਹੜੇ ਉਹਨਾਂ ਦੇ ਪੈਸੇ ਆ ਨਾ ਮੋੜ ਦੂੰਗਾ ਵਾਪਸ। ਭਾਬੀ ਜੀ ਮੈਨੂੰ ਤਾਂ ਅਰਮਾਨ ਨੂੰ ਦੇਖ ਕੇ ਹੈਰਾਨੀ ਹੁੰਦੀ ਆ। ਕਦੇ ਅਰਮਾਨ ਮੈਨੂੰ ਆਪਣਾ ਭਰਾ ਮੰਨਦਾ ਹੁੰਦਾ ਸੀ, ਪਰ ਹੁਣ ਸ਼ਾਇਦ ਇਹਨੂੰ ਮੇਰੇ ਤੋਂ ਬੁਰਾ ਨਹੀਂ ਕੋਈ ਲੱਗਦਾ ਹੋਣਾ। ਤੁਸੀਂ ਦਿਮਾਗ ਤੇ ਬੋਝ ਨਾ ਪਾਓ ਵੀਰ ਜੀ, ਤੁਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ, ਅਰਮਾਨ ਨੂੰ ਸਮਝਾਇਆ, ਪਰ ਇਸ ਵੇਲੇ ਤਾਂ ਉਹਨਾਂ ਨੂੰ ਸਿੰਪਲ ਤੋਂ ਇਲਾਵਾ ਹੋਰ ਕੋਈ ਆਪਣਾ ਸ਼ੁਭ ਚਿੰਤਕ ਲੱਗਦਾ ਹੀ ਨਹੀਂ। ਪਹਿਲਾਂ ਤਾਂ ਨਾ ਬਿਨਾਂ ਬਿੱਲ ਤੋਂ ਲਾਲਾ ਮੁਕਰਨ ਨੂੰ ਫਿਰਦਾ ਸੀ, ਫਿਰ ਦੇ ਹੀ ਦਿੱਤਾ ਗੁਜ਼ਾਰੇ ਜੋਗਾ ਰੇਟ। ਇੱਦਾਂ ਕਰਨਾ ਹੁਣ ਪਹਿਲਾਂ ਕੰਪਨੀ ਵਾਲਾ ਕੰਮ ਮੁਕਾਉਣਾ। ਮੰਮੀ ਨੇ ਉੱਦਾਂ ਹੈਲਪ ਤਾਂ ਕਰਨੀ ਨਹੀਂ ਹੁੰਦੀ, ਪਰ ਫੋਨ 'ਤੇ ਫੋਨ ਕਰੀ ਜਾਣਗੇ। ਚੌਕੀ ਲੈਣਾ। ਹਾਂਜੀ ਮੰਮੀ ਜੀ। ਮੈਂ ਦੇਸ਼ੋ ਨੂੰ ਕਹਿਤਾ ਸੀ ਕਿ ਤੇਰੀ ਮਦਦ ਕਰੇ, ਕੀਤਾ ਸੀ ਉਹਨੇ ਕੁਛ? ਆਹੋ ਦੇਸ਼ੋ ਤਾਂ ਬਹੁਤ ਮੰਨਦੀ ਹੈ ਨਾ ਕਿਸੇ ਦੀ ਗੱਲ ਅੱਜ ਕੱਲ੍ਹ, ਉਹਨੇ ਮੈਨੂੰ ਪੈਸੇ ਨੂੰ ਵੀ ਹੱਥ ਨਹੀਂ ਲਾਉਣ ਦਿੱਤਾ, ਅਤੇ ਉੱਤੋਂ ਚੋਰੀ ਦਾ ਇਲਜ਼ਾਮ ਲਾਇਆ ਉਹ ਵੱਖਰਾ। ਐਡੀ ਕਿੱਡੀ ਕੁ ਵੱਡੀ ਗੱਲ ਸੀ ਜੋ ਉਹਨੇ ਤੈਨੂੰ ਚੋਰ ਕਿਹਾ? ਮੰਮੀ ਉਹ ਨਹੀਂ ਚਾਹੁੰਦੀ ਸੀ ਕਿ ਉਹ ਮੈਨੂੰ ਪੈਸੇ ਦੇਵੇ, ਤਾਂ ਹੀ ਕਰਕੇ ਉਹਨੇ ਮੇਰੇ 'ਤੇ ਚੋਰੀ ਦਾ ਇਲਜ਼ਾਮ ਲਾਇਆ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਦੇਸ਼ੋ ਇੱਦਾਂ ਵੀ ਕਰ ਸਕਦੀ ਹੈ। ਸੋਚਿਆ ਤਾਂ ਮੈਂ ਵੀ ਨਹੀਂ ਸੀ ਕਿ ਇੱਕ ਦਿਨ ਇੱਦਾਂ ਮੈਂ ਇਕੱਲਾ ਰਹਿ ਜੂੰਗਾ। ਮੰਮੀ ਅੱਜ ਕੋਈ ਵੀ ਨਹੀਂ ਖੜਾ ਮੇਰੇ ਨਾਲ, ਪਰ ਕੋਈ ਗੱਲ ਨਹੀਂ, ਗਲਤੀਆਂ ਮੈਂ ਹੀ ਕੀਤੀਆਂ ਨੇ ਅਤੇ ਸਜ਼ਾ ਵੀ ਮੈਂ ਇਕੱਲੇ ਹੀ ਭੁਗਤੂੰਗਾ। ਨਾ ਪੁੱਤ ਤੂੰ ਇੱਦਾਂ ਨਾ ਕਹਿ। ਜਿਹੜੇ ਜਿਹੜੇ ਅਰਮਾਨ ਨੂੰ ਹਾਰਿਆ ਵੇਖਣਾ ਚਾਹੁੰਦੇ ਸੀ ਨਾ ਉਹ ਤਾਂ ਖੁਸ਼ ਹੋ ਹੀ ਜਾਣਗੇ। ਤੂੰ ਇੱਦਾਂ ਕਿਉਂ ਕਹਿ ਰਿਹਾ ਪੁੱਤ? ਮੈਂ ਗੱਲ ਕਰਾਂਗੀ ਦੇਸ਼ੋ ਨਾਲ। ਮੰਮੀ ਜੀ ਸ਼ਿਵਮ ਇੱਕ ਮਿੰਟ ਮੰਮੀ ਜੀ ਨਾਲ ਗੱਲ ਕਰ ਲਓ। ਠੀਕ ਹੈ ਜੀ। ਹੈਲੋ ਮੰਮੀ ਜੀ, ਕੀ ਹਾਲ ਚਾਲ ਹੈ ਤੁਹਾਡੇ? ਇਸ ਵੇਲੇ ਤਾਂ ਤੂੰ ਮੇਰਾ ਹਾਲ ਨਾ ਪੁੱਛ। ਕੀ ਹੋਇਆ, ਤੁਸੀਂ ਇੱਦਾਂ ਕਿਉਂ ਗੱਲ ਕਰ ਰਹੇ ਹੋ? ਸਭ ਕੁਛ ਠੀਕ ਹੈ ਨਾ? ਪੂਰਬ ਤਾਂ ਠੀਕ ਹੈ? ਆਪਣੇ ਪੁੱਤ ਦਾ ਬੜਾ ਫਿਕਰ ਹੈ ਤੈਨੂੰ, ਠੀਕ ਹੈ ਉਹ? ਮਾਵਾਂ ਨੂੰ ਤਾਂ ਆਪਣੇ ਪੁੱਤ ਦਾ ਫਿਕਰ ਰਹਿੰਦਾ ਹੀ ਹੈ ਮੰਮੀ ਜੀ, ਤੁਹਾਨੂੰ ਵੀ ਤਾਂ ਅਰਮਾਨ ਦਾ ਕਿੰਨਾ ਫਿਕਰ ਰਹਿੰਦਾ ਹੈ। ਮੇਰੇ ਕਰਨ ਨਾਲ ਕੀ ਹੁੰਦਾ, ਤੈਨੂੰ ਤਾਂ ਕੋਈ ਫਿਕਰ ਨਹੀਂ ਨਾ? ਅੱਛਾ, ਤੁਸੀਂ ਆ ਕਹਿਣ ਨੂੰ ਫੋਨ ਕੀਤਾ? ਮੈਨੂੰ ਪਤਾ ਹੈ ਮੰਮੀ ਜੀ ਤੁਹਾਨੂੰ ਇੱਦਾਂ ਲੱਗਦਾ ਨਾ ਕਿ ਮੈਂ ਤੁਹਾਡੇ ਕਹੇ 'ਤੇ ਵੀ ਅਰਮਾਨ ਦੀ ਕੋਈ ਮਦਦ ਨਹੀਂ ਕੀਤੀ, ਤੁਸੀਂ ਇਸੇ ਗੱਲ ਤੋਂ ਨਾਰਾਜ਼ ਹੋ ਨਾ ਮੇਰੇ ਨਾਲ। ਤੈਨੂੰ ਕੀ ਫਰਕ ਪੈਂਦਾ ਹੈ ਮੇਰੇ ਗੁੱਸੇ ਨਾਲ? ਤੂੰ ਤਾਂ ਅਰਮਾਨ ਨੂੰ ਨੀਵਾਂ ਦਿਖਾ ਲਿਆ ਨਾ ਹੁਣ। ਨਹੀਂ ਮੰਮੀ ਜੀ ਤੁਸੀਂ ਗਲਤ ਸਮਝ ਰਹੇ ਹੋ, ਮੈਂ ਅਰਮਾਨ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਮੈਂ ਤੁਹਾਡੀ ਗੱਲ ਮੋੜ ਸਕਦੀ ਹਾਂ। ਤੁਸੀਂ ਤਾਂ ਕਿੰਨੀ ਵਾਰੀ ਮੇਰੇ ਲਈ ਅਰਮਾਨ ਦੇ ਵਿਰੁੱਧ ਵੀ ਖੜੇ ਹੋਏ ਸੀ। ਪਰ ਅੱਜ ਤਾਂ ਤੂੰ ਖੜੀ ਹੈ ਨਾ ਉਹਦੇ ਵਿਰੁੱਧ, ਪਰ ਜੇ ਅਰਮਾਨ ਨੂੰ ਕੁਛ ਹੋ ਗਿਆ ਨਾ ਤਾਂ ਮੈਂ ਤੈਨੂੰ ਕਦੇ ਮਾਫ਼ ਨਹੀਂ ਕਰਾਂਗੀ। ਉਹਨਾਂ ਨੂੰ ਕੁਝ ਨਹੀਂ ਹੋਣਾ ਮੰਮੀ ਜੀ, ਮੈਂ ਤਾਂ ਤੁਹਾਡੇ ਕਹੇ 'ਤੇ ਅਰਮਾਨ ਨੂੰ ਪੈਸੇ ਵੀ ਦੇਣ ਗਈ ਸੀ, ਪਰ ਉਹਨਾਂ ਨੇ ਤਾਂ ਪਹਿਲਾਂ ਹੀ ਪੈਸੇ ਖਿਸਕਾ ਲਏ ਸੀ। ਮੰਮੀ ਜੀ ਨੇ ਫੋਨ ਹੀ ਕੱਟ ਦਿੱਤਾ, ਮੇਰੇ ਨਾਲ ਗੁੱਸੇ ਹੋ ਗਏ ਨੇ। ਕੋਈ ਨਹੀਂ ਮੈਂ ਹੀ ਕਰਦੀ ਹਾਂ ਫੋਨ। ਮੈਡਮ ਜੀ ਜਿਹੜੇ ਕੰਮ ਆਏ ਉਹ ਤਾਂ ਕਰ ਲਈਏ, ਲੈਪਟਾਪ ਲੈ ਕੇ ਡੱਬਿਆਂ ਦੁਆਲੇ ਵੀ ਤਾਂ ਹੋਣਾ। ਹਾਂ ਹਾਂ ਸ਼ਿਵਮ ਚੱਲ ਉਹ ਕਰ ਲੈਂਦੇ ਹਾਂ। ਚਲੋ ਮਜ਼ੇ ਨਾਲ ਬੈਠੀ ਹੈ, ਮੈਨੂੰ ਤਾਂ ਫੋਨ ਐਦਾਂ ਕੀਤਾ ਸੀ ਜਿਵੇਂ ਮਰਨ ਲੱਗੀ ਹੋਵੇ। ਦੱਸ ਕੀ ਗੱਲ ਹੈ, ਉਹ ਕੁਛ ਬੋਲੇਂਗੀ ਵੀ ਕਿ ਇੱਦਾਂ ਡੰਬਰਾਂ ਵਾਂਗ ਮੇਰੇ ਵੱਲ ਹੀ ਝਾਕੀ ਜਾਏਂਗੀ? ਭੈਣੇ ਜੇ ਮੂੰਹ ਨਹੀਂ ਖੋਲਣਾ ਤਾਂ ਇਸ਼ਾਰਿਆਂ ਨਾਲ ਹੀ ਕੁਛ ਸਮਝਾ ਦੇ। ਕੀ ਦੱਸਾਂ ਤੈਨੂੰ, ਮੇਰੇ ਦੱਸਣ ਲਈ ਤਾਂ ਕੁਛ ਬਾਕੀ ਹੀ ਨਹੀਂ ਰਹਿ ਗਿਆ।
कुछ होया ही होगा जिहड़ी इत्थे तक गल पुजगी ओही दस दे। कुछ नहीं होया, बस सारी किती कराई ना खूह च पै गई है। की सोचा सी मेरे तो ना सारे सुपने सवाह हो गए ने। पर सवाह हुई है किदां? अग तो दस किदां लगी है? देशो ने तो सोच ही लिया छियोना मैनू मार के मनूगी। यानी कि पंगा देशो वाला ही है? वो तो ना हैगी इहो जी है। पर हुण तो देशो की मां भी साढ़े नाल। वाह पुट्टी तेरे वल होगी, तू फिर भी रोई जानी है? पर वो तेरे वल होई किदां? हुण तो ना लगता है कि देशो ने ना उहदे पुत्तर दे औखे वेले उहदा साथ नहीं दिता। अच्छा, अरमान दे माड़े वेले ते देशो दे चंगे वेले दा फायदा तेनू ही होया। जे बुढ़ी पलट गई फिर कदा रोना है? रोना एक थोड़ी है, इत्थे तां ना सारे सियापे मेरी जान नू है। पर ये तां तेरी जित हुई ना, बुढ़ी तां तेरे वल है। मेरी जित? सवा मेरी तां ना सारे किती कराई ना खूह च ही पै गई है। तू तां इदां कीरने पा रही है जिवें अरमान देशो कोल चला गया होवे। मेरे इन्ने भी माड़े दिन नहीं आए कि अरमान नू उस पेंडू देशो कोल वापस जान दवा। लै दे कि एक अरमान ही तां जो मेरे नाल है। आहो ते हुण तां बुढ़ी भी तेरे नाल है, टब्बर वसन लग पिया तेरा, ते तू रोई जानी है। टब्बर कादे नाल वसना है? टब्बर दा खर्चा किद्दां चलूगा? खर्चे की टेंशन तू क्यों चक्की है? अरमान हैगा तां है खर्चे लई। कित्थों चक लेगा खर्चा? अरमान तां आप नौकरी तो कढ़िया गया है। अच्छा, अरमान नूं नौकरी तो कढ़ दित्ता? मैनू तां ना अपनी हालत बारे सोच के ना चक्कर आने शुरू हो गए ने। तेनू कादे चक्कर आउंदे आ? तेरी नौकरी थोड़ी ना गई है। पर अरमान दी तां गई है ना, उहदे तां पहले ही सारे खाते खाली ने। मैं तां ना अरमान नूं छड्ड के किसी होर तों इन्नी जल्दी फसा भी नहीं सकदी। उह तां आप खाली होके बैठा पिया। हाय मेरी शॉपिंग, मेरे कपड़े, मेरे सैंडल, दस अरूगा मेरा। हाँ यही सोच के तो तू अरमान दे घर आई सी। होर की, वरना मैनू की लोड़ पई सी किसी व्याहे वाले बंदे पिछे ना इदा घूमण दी। मेरिया तो ना सारिया स्कीमां ते मिट्टी पै गई है। इन्नी छेती तो अरमान नू नौकरी भी नहीं मिलनी कोई। जे मिल भी गई ना उन्हें फिर भी पैसे मेरे हाथ च नहीं धरने। वो तो ना अपने खर्चे अपनी तनखा ना बड़े औखे चलांदा है। ये तो तकड़ा सियापा पै गया सिंपल। हुण तो सच्ची तेनू कुछ सोचना पैना। मैं इन्नी छेती की सोचना? मैनू कुछ सुझदा हुंदा तो मैं तेनू जरूर बुलाना सी इत्थे। हो लै वज गई तेरी घंटी, खोल दरवाजा, की पता नवा मौका ही उड़ीकदा होवे तेनू। मौका तेरा सिर। और मान दा ना इन्ना बुरा हाल होया पिया कि कोई बाहर मंगण वाला ही आया होना। ओहो तू देख तो सही, की पता मंगण आया कि देन आया। खोल तो सही दरवाजा जाके, चल उठ हुण जा भी। खोल दरवाजा, की पता नवा मौका ही उड़ीकदा होवे तेनू। इहनू की हो गया हुण? कमलियां वांगे करी जांदी इत्थे खड़ी। तू रीबन बन ले दरवाजे ते, कटवा के अंदर भेज दी मैनू। कमलियां वांग हसी जांदी है। तेरी मजाक करन दी ना आदत नहीं गई। वैसे होई तां तेरी बेइज्जती है, पर जे तू गल हासे च तोरती होवे गल वक्री है। चल परा हुण। चल कोई गल नहीं, जे तू मजाक ना मेरी बेइज्जती कर भी रहा मैं गुस्सा नहीं करती। आ जा लंघ गया। मेहरबानी रस्ता देन दे। तेनू तां ना पौड़ियां चढ़न दी काली रहिंदी है। थोड़ा थल्ले भी रुक जा, आपां भी पुराने दोस्त आ, दो चार गल्लां तां मार ही सकदे आ। हो जांदियां ने बंदे कोलों गलतियां, मेरे कोलों भी हो गईआं सी उदों। अच्छा
ਉੱਥੇ ਤੂੰ ਗਲਤੀ ਨਾਲ ਹੀ ਮੇਰੇ ਨੇੜੇ ਆ ਗਿਆ ਸੀ ਜਿਹੜਾ ਤੜਕੇ ਤੜਕੇ ਮੋਟਰਸਾਈਕਲ ਲੈ ਕੇ ਮੇਰੇ ਪੀਜੀ ਮੂਹਰੇ ਖੜ ਜਾਂਦਾ ਸੀ ਉਦੋਂ ਤਾਂ ਤੇਰੇ ਦਿਲ ਵੀ ਨਹੀਂ ਲੱਗਦਾ ਹੁੰਦਾ ਸੀ ਮੇਰੇ ਤੋਂ ਬਿਨਾਂ ਦਿਲ ਦਾ ਤਾਂ ਪਤਾ ਨਹੀਂ ਪਰ ਮੇਰਾ ਦਿਮਾਗ ਜ਼ਰੂਰ ਖਰਾਬ ਹੁੰਦਾ ਸੀ ਉਦੋਂ ਦਿਮਾਗ ਤਾਂ ਨਾ ਮੇਰਾ ਵੀ ਖਰਾਬ ਹੁੰਦਾ ਸੀ ਤੇਰੇ ਪਿੱਛੇ ਸਭ ਕੁਝ ਕਿੰਨਾ ਸਹੀ ਚੱਲਦਾ ਪਿਆ ਸੀ ਖੋਰੇ ਕਿਹਦੀ ਨਜ਼ਰ ਲੱਗ ਗਈ ਹੈ ਕਿ ਤੂੰ ਹੁਣ ਮੇਰੇ ਤੋਂ ਬੋਲਣੋਂ ਵੀ ਗਿਆ ਤੇਰਾ ਹਾਲ ਚਾਲ ਪੁੱਛਣੋਂ ਵੀ ਗਿਆ ਨਜ਼ਰ ਨੁਜ਼ਰ ਕੋਈ ਨਹੀਂ ਲੱਗੀ ਉਹ ਤਾਂ ਮੈਨੂੰ ਉਦੋਂ ਪਤਾ ਚੱਲ ਗਿਆ ਸੀ ਕਿ ਤੁਹਾਡੇ ਹਾਲ ਚਾਲ ਪੁੱਛਣ ਵਾਲੇ ਹੀ ਬਥੇਰੇ ਨੇ ਵਿਆਹੇ ਵਰੇ ਵੀ ਨੇ ਉਹਦੇ 'ਚ ਫਿਰ ਮੈਨੂੰ ਵਿਆਹੇ ਵਰੇ ਬੰਦਿਆਂ ਦੀ ਘਰਵਾਲੀਆਂ ਤੇ ਤਰਸ ਆ ਗਿਆ ਤਾਂ ਕੀ ਹੋ ਗਿਆ ਤੂੰ ਹੁਣੇ ਆਪ ਹੀ ਤਾਂ ਕਿਹਾ ਨਾ ਕਿ ਸਭ ਕੋਲ ਗਲਤੀਆਂ ਹੋ ਜਾਂਦੀਆਂ ਨੇ ਤੂੰ ਆਹੀ ਸੋਚ ਲੈ ਸ਼ਾਇਦ ਮੇਰੇ ਕੋ ਵੀ ਗਲਤੀ ਹੋ ਗਈ ਹੋਣੀ ਹੈ ਗਲਤੀ ਹਰ ਇੱਕ ਤੋਂ ਹੁੰਦੀ ਹੈ ਪਰ ਸਿਆਣਾ ਇਨਸਾਨ ਗਲਤੀ ਮੰਨਦਾ ਵੀ ਹੈ ਤੇ ਮਾਫੀ ਵੀ ਮੰਗਦਾ ਉਸ ਤੋਂ ਬਾਅਦ ਕੋਈ ਗੱਲ ਨਹੀਂ ਤੂੰ ਹੁਣੇ ਕਹਿ ਮੈਂ ਹੁਣੇ ਤੇਰੇ ਕੋਲੋਂ ਮਾਫੀ ਮੰਗ ਲੈਣੀ ਆ ਕੋਈ ਲੋੜ ਨਹੀਂ ਮੇਰੇ ਕੋਲੋਂ ਮਾਫੀ ਮੰਗਣ ਦੀ ਜਿਹਦੇ ਕੋਲੋਂ ਮਾਫੀ ਮੰਗਣੀ ਹੁੰਦੀਆਂ ਨੇ ਉਹਦੇ ਕੋਲੋਂ ਤੁਸੀਂ ਮੰਗਦੇ ਨਹੀਂ ਤੈਨੂੰ ਕਿਹੜਾ ਆਪਣੇ ਕਿਸੇ ਗਲਤੀ ਤੇ ਸ਼ਰਮਿੰਦਗੀ ਸੀ ਮੈਨੂੰ ਹੀ ਸ਼ਰਮਿੰਦਾ ਹੋ ਕੇ ਪਿੱਛੇ ਹਟਣਾ ਪਿਆ ਤੈਨੂੰ ਮੇਰਾ ਪੂਰਾ ਵੀ ਖਿਆਲ ਨਹੀਂ ਆਇਆ ਕਿ ਇੰਨੀ ਗੱਲ ਹੋ ਗਈ ਸੀ ਜਿਸ ਪਿੱਛੇ ਤੂੰ ਮੈਂ ਨਾ ਬੋਲਣੋਂ ਵੀ ਗਿਆ ਹੁਣ ਕਿਹੜੇ ਦੋ ਦੋਸਤਾਂ ਵਿੱਚ ਲੜਾਈ ਨਹੀਂ ਹੁੰਦੀ ਹੈ ਤੂੰ ਮੈਨੂੰ ਦੱਸ ਆਪਾਂ ਬਹਿ ਕੇ ਗੱਲ ਮੁਕਾਨੇ ਆ ਬਹਿ ਕੇ ਗੱਲ ਕਰਨ ਵਾਲੀਆਂ ਗੱਲਾਂ ਤਾਂ ਮੁੱਕ ਗਈਆਂ ਸਿੰਪਲ ਮੈਨੂੰ ਨਹੀਂ ਲੱਗਦਾ ਕਿ ਇਹ ਨਿੱਕੀ ਜੀ ਗੱਲ ਪਿੱਛੇ ਤੇਰੇ ਕੋਲ ਕੋਈ ਗੱਲ ਨਹੀਂ ਬੱਚੀ ਮੇਰੇ ਨਾਲ ਕਰਨ ਵਾਲੀ ਸੱਚੀ ਮੈਂ ਇੰਨੀ ਮਾੜੀ ਹੋ ਗਈ ਕਿ ਤੂੰ ਹੁਣ ਮੇਰੇ ਨਾਲ ਗੱਲ ਕਰਨੋਂ ਵੀ ਰਹਿ ਗਿਆ ਸ਼ਿਵਮ ਤੁਹਾਨੂੰ ਬਾਅਦ ਚ ਕਾਲ ਕਰਦੀ ਆ ਸ਼ਿਵਮ ਤੂੰ ਵਾਪਸ ਕਿਉਂ ਆ ਗਿਆ ਮੈਂ ਤੈਨੂੰ ਪੁੱਛ ਰਹੀ ਹਾਂ ਵਾਪਸ ਕਿਉਂ ਆਇਆ ਕੁਝ ਰਹਿ ਗਿਆ ਸੀ ਨਾਲੇ ਜੇ ਕੋਈ ਕੰਮ ਸੀ ਤਾਂ ਉੱਤੇ ਆਉਂਦਾ ਨਾ ਤੈਨੂੰ ਇਦਾਂ ਕੀ ਲੱਗਦਾ ਕਿ ਸਾਰੇ ਇਸ ਘਰ ਵਿੱਚ ਸਿਰਫ ਤੈਨੂੰ ਹੀ ਮਿਲਣ ਆਉਂਦੇ ਜਿੱਦਾਂ ਤੂੰ ਦੇਵੀ ਹੋਵੇ ਤੇ ਸਾਰੇ ਪੌੜੀਆਂ ਚੜ ਕੇ ਨਾ ਤੇਰੇ ਦਰਸ਼ਨ ਕਰਨ ਆਣ ਇਸ ਘਰ ਵਿੱਚ ਬੜੇ ਲੋਕ ਰਹਿੰਦੇ ਨੇ ਤੇ ਕਈ ਵਾਰ ਲੋਕ ਉਹਨਾਂ ਨੂੰ ਵੀ ਮਿਲਣ ਲਈ ਆਉਂਦੇ ਨੇ ਤੈਨੂੰ ਜਿੰਨੇ ਮਿਲਣ ਆਉਣਾ ਆਈ ਜਾਵੇ ਪਰ ਮੈਨੂੰ ਸ਼ਿਵਮ ਦਾ ਪਤਾ ਉਹਦੇ ਇੰਨੇ ਮਾੜੇ ਦਿਨ ਨਹੀਂ ਆਏ ਕਿ ਉਹ ਤੈਨੂੰ ਮਿਲਣ ਆਊਗਾ ਹਾਂ ਸ਼ਿਵਮ ਤੂੰ ਦੱਸ ਕਿੱਦਾਂ ਆਇਆ ਇੱਥੇ ਕੋਈ ਕੰਮ ਸੀ ਹਾਂਜੀ ਮੈਡਮ ਜੀ ਮੈਂ ਤਾਂ ਬਿਜ਼ਨਸ ਦੇ ਕੰਮ ਲਈ ਆਇਆ ਸੀ ਜੇ ਬਿਜ਼ਨਸ ਦੇ ਕੰਮ ਲਈ ਆਇਆ ਸੀ ਤੇ ਉੱਤੇ ਆਉਂਦਾ ਇਹ ਦੁੱਕੀ ਦੁੱਕੀ ਦੇ ਬੰਦਿਆਂ ਨਾਲ ਖੜੇ ਹੋ ਕੇ ਆਪਣਾ ਸਮਾਂ ਕਿਉਂ ਬਰਬਾਦ ਕਰ ਰਹੇ ਮੈਂ ਤਾਂ ਉੱਤੇ ਹੀ ਆ ਰਿਹਾ ਸੀ ਮੈਡਮ ਜੀ ਹਾਂ ਹਾਂ ਪਤਾ ਹੈ ਮੈਨੂੰ ਆ ਇੱਥੇ ਰਹਿੰਦੇ ਲੋਕਾਂ ਨੇ ਰਾਹ ਡੱਕ ਲਿਆ ਹੋਣਾ ਤੇਰਾ ਕਿਤੇ ਪਤਾ ਨਹੀਂ ਮੈਨੂੰ ਇਸ ਘਰ 'ਚ ਰਹਿ ਰਹੇ ਲੋਕਾਂ ਦਾ ਕੀ ਮਤਲਬ ਹੈ ਤੇਰਾ ਮੈਂ ਅੱਜ ਤੱਕ ਕਿਹਦਾ ਰਾਹ ਡੱਕਿਆ ਹਾਂ ਉਹਨੇ ਤਾਂ ਕੁਝ ਵੀ ਨਹੀਂ ਕਿਹਾ ਸ਼ਿਵਮ ਨੂੰ ਖਵਾਜੇ ਦਾ ਗਵਾਹ ਡੱਡੂ ਨਾਲੇ ਮੈਂ ਤਾਂ ਕਿਸੇ ਦਾ ਨਾਂ ਲਿਆ ਹੀ ਨਹੀਂ ਮੈਂ ਕਦੋਂ ਕਿਹਾ ਕਿ ਤੂੰ ਸ਼ਿਵਮ ਦਾ ਰਾਹ ਡੱਕਿਆ ਤੈਨੂੰ ਐਵੇਂ ਮਿਰਚਾਂ ਲੜੀ ਜਾਂਦੀਆਂ ਨੇ ਹਾਂ ਸ਼ਿਵਮ ਤੂੰ ਦੱਸ ਮੈਡਮ ਜੀ ਮੈਂ ਤੁਹਾਨੂੰ ਕੀ ਦੱਸਾਂ ਤੁਹਾਡੀ ਜ਼ਿੰਦਗੀ ਵਿੱਚ ਤਾਂ ਪਹਿਲੇ ਹੀ ਬਥੇਰੇ ਲੋਕਾਂ ਨੇ ਪੰਗਾ ਪਾਇਆ ਹੋਇਆ ਮੈਂ ਵੀ ਕੋਈ ਇਹੋ ਜਿਹੀ ਖੁਸ਼ਖਬਰੀ ਨਹੀਂ ਲੈ ਕੇ ਆਇਆ ਤੁਹਾਡੇ ਲਈ ਸ਼ਿਵਮ ਗੱਲ ਕੀ ਹੈ ਖੁੱਲ ਕੇ ਦੱਸ ਉਹ ਮਾਇਆ ਨੇ ਕੀ ਹੋਇਆ ਮਾਇਆ ਨੂੰ ਮਾਇਆ ਨੇ ਮੰਗਣੀ ਲਈ ਸ਼ਿਵਮ ਬੋਲ ਤਾਂ ਸਹੀ ਪੂਰੀ ਗੱਲ ਹਾਂ ਕਰ ਦਿੱਤੀ ਹੈ ਅੱਛਾ ਤੇ ਤੂੰ ਮੈਨੂੰ ਬੁੱਧ ਬਣਾਉਂਦਾ ਪਿਆ ਸੀ ਚੱਲ ਕੋਈ ਨਹੀਂ ਹੁਣ ਤਾਂ ਤੈਨੂੰ ਮਾਇਆ ਹੀ ਠੀਕ ਕਰੂੰਗੀ ਇੱਥੇ ਤਾਂ ਕੋਈ ਕਹਿੰਦਾ ਸੀ ਕਿ ਸ਼ਿਵਮ ਦੇ ਹਜੇ ਮਾੜੇ ਦਿਨ ਨਹੀਂ ਆਏ ਪਰ ਬੋਰਿੰਗ ਜੀ ਕੁੜੀ ਨਾਲ ਵਿਆਹ ਕਰਾਉਣਾ ਇਹ ਕਿਹੜੇ ਚੰਗੇ ਦਿਨਾਂ ਦੀ ਨਿਸ਼ਾਨੀ ਹੈ ਵੈਸੇ ਇੱਕ ਗੱਲੋਂ ਤਾਂ ਚੰਗਾ ਹੀ ਹੈ ਕਿਸੇ ਦੇ ਬੋਰਿੰਗ ਬਿਜ਼ਨਸ ਨੇ ਬੋਰਿੰਗ ਜੀ ਜੋੜੀ ਵੀ ਬਣਾ ਦਿੱਤੀ ਬੈਠੇ ਰਹਿਣਗੇ ਦੋਵੇਂ ਡੱਬਿਆਂ ਮੂਹਰੇ ਮੈਡਮ ਜੀ ਕਰਦੇ ਰਿਹਾ ਕਰਨਗੇ
वैसे तेरी सलाह ना किसी ने मंगी नहीं सी, पर जे तू गल बोरिंग वाली तोरी है ना तेन दस देना। माया नाल मंगनी करन दा फैसला मेरा बिल्कुल सही है। तेरिया तो अखा ही बुरा देखने लई बनिया ने। तू तो देशों मैडम नू भी बोरिंग कही जानी। सच्ची गल दसा एहो जी कुड़िया ही लोगों नू पसंद आउंदियां ने, एहो जी कुड़िया ही घर सांभदियां ने। तुहानू तां घर पटना आउंदा है। चल तू करा ली विआह, मैं भी देखदी आं तेरा घर वसदा। बिल्कुल वसूगा जी, माया वर्गी कुड़िया ही घर वसांदियां ने। एहो जिहियां कुड़ियां अपने घर वाले नू प्यार करदियां ने, उहनां दे पैसे नू नहीं। ते एहो जिहियां कुड़ियां घर सांभदियां भी ने ते घर दे जीआं दा ख्याल भी रखदियां ने। तां इदां कहणा कि तैनू घर सांभण वास्ते कुड़ी चाहीदी है, फिर तो ठीक है। माया दी शकल तो तू लैणा भी की आ। तू अपनी शकल तो अपने कोले रख, किसी नू मिलण तो पहला तो 50-50 क्रीमां तू अपने चेहरे ते थपदी हुंदी है। तैनू की पता एक कुड़ी दी खूबसूरती उहदा मन हुंदा है। ते इहदे हिसाब नाल माया तेरे नालों 1000 गुणा सोहणी है।